ਸਟਾਰ ਡੋਗਰ ਡੋਗਰ ਮੋਟਰ ਤੋਂ ਅੱਜ ਦੀ ਵੀਡੀਓ ਬੜੀ ਖਾਸ ਹੈ ਇਹ ਉਹਨਾਂ ਦੋਸਤਾਂ ਵਾਸਤੇ ਕਿ ਜਿਹੜੇ ਇੱਥੇ ਜਿਹੜਾ ਨਾ ਆਪਣਾ ਕਈ ਸੋਚਦੇ ਨੇ ਕਿ ਜਿਹੜਾ ਕੰਮ ਹੈ ਨਾ ਸ਼ੋਰੂਮ ਦਾ ਬੜਾ ਆਸਾਨ ਕੰਮ ਹੈ। ਇਹ ਮੈਂ ਕਈ ਵਾਰੀ ਕਿਹਾ ਦੋਸਤਾਂ ਨੂੰ ਵੀ ਬੜਾ ਮੁਸ਼ਕਲ ਕੰਮ ਹੈ, ਇੱਡਾ ਆਸਾਨ ਕੰਮ ਨਹੀਂ ਹੈਗਾ। ਮੈਨੂੰ ਦੋਸਤ ਤਕਰੀਬਨ ਕਿੰਨੀ ਦੇਰ ਹੋ ਗਈ ਤੁਹਾਨੂੰ ਬੈਠਿਆ? ਡੇਢ ਘੰਟਾ ਹੋ ਗਿਆ। ਹੁਣ ਮੈਂ ਸਾਰੀ ਗੱਡੀਆਂ ਦੀ ਰੰਗ ਮੇਰਾ ਤਾਂ ਹੀ ਕਾਲਾ ਹੋ ਗਿਆ, ਆਇਆ ਉਹ ਚਿੱਟਾ ਸਨ, ਅਤੇ ਬਾਹਰ ਧੁੱਪੇ ਸਾਰੀਆਂ ਗੱਡੀਆਂ ਦੀ ਮੈਂ ਚੇਸੀਆਂ ਚੈੱਕ ਕਰਕੇ ਆਇਆ, ਜਿਨ੍ਹਾਂ ਦੇ ਵਿੱਚੋਂ ਇੱਕ ਗੱਡੀ ਦਾ ਚੋਰੀ ਦਾ ਮੁਕੱਦਮਾ ਨਿਕਲਿਆ, ਦੂਜੀ ਗੱਡੀ ਟੈਂਪਰ ਨਿਕਲ ਆਈ ਹੈ। ਇਸੇ ਤਰ੍ਹਾਂ ਮੈਂ ਲੋਕਾਂ ਨੂੰ ਕਹਿੰਦਾ ਕਿ ਯਾਰ ਇਹਨਾਂ ਚੀਜ਼ਾਂ ਤੋਂ ਬਚਿਆ ਕਰੋ, ਲੋਕ ਬੜੀ ਦੋਨਮਰੀ ਕਰਦੇ ਜੇ ਮਾਫ਼ੀ ਦਿੰਦੇ ਹੀ ਨਹੀਂ ਲੋਕ। ਔਰ ਅਸੀਂ ਉਹ ਡੀਲਰ ਨਹੀਂ ਹੈਗੇ ਕਿ ਜਿਹੜੇ ਅੰਦਰ ਏਸੀਆਂ 'ਚ ਬਹਿਣ ਵਾਲੇ, ਮੇਰੇ ਕਮਰੇ 'ਚ ਵੇਖੋ ਇਹ ਤਾਂ ਵਿਖਾਓ ਜੀ, ਕਿਤੇ ਏਸੀ ਨਜ਼ਰ ਆਉਂਦਾ ਜੇ ਤੁਹਾਨੂੰ ਪੂਰਾ ਆਫਿਸ ਏਸੀ ਨਜ਼ਰ ਆਏਗਾ। ਅਸੀਂ ਤਾਂ ਮਜ਼ਦੂਰ ਬੰਦੇ ਹਾਂ, ਮੈਨੂੰ ਬੜੇ ਲੋਕ ਆਉਂਦੇ ਨੇ ਏਸੀ ਲਓ ਉੱਧਰ ਰੱਖੋ ਜੀ, ਉੱਧਰ ਰੱਖੋ ਜੀ, ਏਸੀ ਚੱਲਦੇ ਆ। ਅਸੀਂ ਉਹ ਜਿਵੇਂ ਲੈਂਡ ਲਾਰਡ ਸ਼ੋਰੂਮ ਵਾਲੇ ਨਹੀਂ ਹੈਗੇ, ਹਾਂ ਅਸੀਂ ਆ ਮਜ਼ਦੂਰ ਬੰਦੇ। ਔਰ ਆ ਭਾਈ ਹੋਰਾਂ ਨੂੰ ਪੁੱਛ ਲਓ, ਸਰਨਾਬਾਦ ਦੇ ਡੀਲਰ ਨੇ ਲੈਂਡ ਲਾਰਡ ਵਾਲਾ ਕਸਟਮਰ ਚੋਂ ਕੱਢਦਾ ਪੈਸੇ, ਅਸੀਂ ਨਹੀਂ ਕੱਢਦੇ। ਅਸੀਂ ਤੇ ਹੱਕ ਲਾਲ ਦੀ ਕਮਿਸ਼ਨ ਹੈ ਸਾਡੀ, ਉਹ ਫਿਕਸ ਕਮਿਸ਼ਨ ਹੈ, ਭਾਵੇਂ ਗੱਡੀ 5 ਕਰੋੜ ਦੀ ਹੋਵੇ ਉਹੀ ਲੈਣੀ ਹੈ। ਅਗਲੀ ਗੱਲ ਹੈ ਕਿ ਇਹ ਖੁਸ਼ ਹੋ ਗਏ ਨੇ ਸਾਡਾ ਕੰਮ ਨੂੰ ਵੇਖ ਕੇ, ਅੱਜ ਇਹਨਾਂ ਨੇ ਬੜੀ ਦਾਤ ਦਿੱਤੀ ਹੈ। ਨਾ ਕਿਹਾ ਡਾਕਟਰ ਸਾਹਿਬ, ਮੈਂ ਪਹਿਲਾ ਬੰਦਾ ਵੇਖਿਆ ਕਿ ਖੁਦ ਜਾ ਕੇ ਗੱਡੀਆਂ ਚੈੱਕ ਕਰਦਾ, ਜਿੰਨਾ ਤੁਹਾਡਾ ਕੰਮ ਤੁਸੀਂ ਉੱਠ ਕੇ ਨਾ ਜਾਓ ਬਾਹਰ। ਮੈਂ ਕਿਹਾ ਯਾਰ ਮੈਂ ਤਾਂ ਉਹ ਡੀਲਰ ਹਾਂ ਕਿ ਰਾਤ ਨੂੰ ਮੈਨੂੰ ਪਤਾ ਨਹੀਂ ਲੱਤਾਂ ਕਿਸੇ ਦੇ ਹੱਥ 'ਚ ਹੁੰਦੀਆਂ ਨੇ, ਬਾਹਾਂ ਕਿਸੇ, ਕਿਉਂਕਿ ਮੇਰੇ ਨਾਲ ਉਹ ਅਸਰ ਕਰਦੇ ਨੇ ਕਿ ਛੱਡ ਹੀ ਗੱਲ ਦਿਓ ਕਿ ਇੰਨੀ ਦੁਨੀਆ। ਉਹਨਾਂ ਨੂੰ ਇਹ ਹੁੰਦਾ ਕਿ ਜਿੱਧਰ ਡੋਗਰ ਨੇ ਜਾਣਾ ਉੱਧਰ ਹੀ ਡੀਲਾਂ ਹੋਣੀਆਂ ਨੇ। ਬਿਲਕੁਲ, ਸਪੀਕਰ ਵਾਲੇ ਮੈਨੂੰ ਵਾਅਦਾ ਮਾਰ ਰਹੇ ਹੁੰਦੇ, ਡੋਗਰ ਸਾਹਿਬ ਇੱਧਰ ਮੇਰੇ ਵੱਲ ਆਓ, ਡੋਗਰ ਸਾਹਿਬ ਮੇਰੇ ਵੱਲ। ਇਹ ਕਹਿੰਦੇ ਡੋਗਰ ਸਾਹਿਬ ਬੜੀ ਗੱਲ ਹੈ, ਇੰਨੀ ਗਰਮੀ ਦੇ ਵਿੱਚ ਤੁਸੀਂ ਗੱਡੀਆਂ ਚੈੱਕ ਕਰ ਰਹੇ ਹੋ, ਹਾਲਾਂਕਿ ਮੇਰੇ ਨਾਲ ਐਂਟੀ ਕਾਰ ਲਿਫਟਿੰਗ ਵਾਲੇ ਵੀ ਨੇ ਅਤੇ ਉਹ ਵੀ ਨਾਲ ਸਨ, ਲੇਕਿਨ ਮੈਂ ਕਿਸੇ 'ਤੇ ਇਤਮਾਦ ਨਹੀਂ ਕਰਦਾ, ਭਾਵੇਂ ਐਂਟੀ ਕਾਰ ਲਿਫਟਿੰਗ ਵਾਲਾ, ਭਾਵੇਂ ਕੋਈ ਵੀ। ਮੈਂ ਕਹਿੰਦਾ ਜਿੰਨੀ ਦੇਰ ਮੈਂ ਆਪਣੀ ਅੱਖ ਦੇ ਨਾਲ ਨਾ ਚੀਜ਼ ਵੇਖਾਂ, ਮੈਨੂੰ ਉਸ ਕਿਸੇ 'ਤੇ ਯਕੀਨ ਹੀ ਨਹੀਂ ਹੈਗਾ। ਇਹ ਵੇਖੋ ਡਾਕੂਮੈਂਟਸ ਨੇ ਉੱਤੇ ਐਕਸਾਈਜ਼ ਵਾਲਾ ਡਾਕੂਮੈਂਟਸ ਚੈੱਕ ਕਰ ਰਿਹਾ, ਉਹਦੀ ਡਿਊਟੀ ਹੈ, ਉਹਨੇ ਵੀ ਚੈੱਕ ਕਰਨਾ, ਲੇਕਿਨ ਪਹਿਲੇ ਮੈਂ ਨਿਗਾਹ ਮਾਰਨੀ ਹੈ ਫਿਰ ਉਹਨੇ ਚੈੱਕ ਕਰਨਾ। ਕਈ ਨੁਕਸ ਐਸੇ ਨੇ ਕਿ ਮੈਂ ਇੱਥੇ ਫੜ ਲੈਂਦਾ ਅਤੇ ਕਈ ਉਹ ਫੜ ਲੈਂਦਾ। ਇਸ ਲਈ ਮੈਂ ਕਹਾਂਗਾ ਕਿ ਜਿਤਨੇ ਮੇਰੇ ਭਾਈ ਹੈ ਨੇ ਡੀਲਰ ਭਰਾ ਜਿਹੜੇ ਕੰਮ ਕਰਦੇ ਨੇ, ਪਹਿਲੀ ਗੱਲ ਤਾਂ ਅਗਰ ਤੁਹਾਨੂੰ ਇਹ ਪਤਾ ਨਾ, ਤੁਸੀਂ ਅਗਰ ਤੁਸੀਂ ਡੀਲਰ ਕਹਿੰਦੇ ਹੋ ਨਾ ਆਪਣੇ ਆਪ ਨੂੰ, ਮੈਂ ਡੀਲਰ ਹਾਂ। ਮੈਂ ਅੱਜ ਤੁਹਾਨੂੰ ਡੀਲਰ ਅਸਲ ਦੀ ਅੱਜ ਨਿਸ਼ਾਨੀ ਦੱਸਾਂ, ਅਸਲ ਡੀਲਰ ਦੀ ਨਿਸ਼ਾਨੀ ਕੀ ਹੈ। ਅਸਲ ਡੀਲਰ ਦੀ ਨਿਸ਼ਾਨੀ ਹੈ ਕਿ ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿਹੜੇ ਸੰਨ 'ਚ ਕਿਹੜਾ ਚੇਸੀ ਦਾ ਕੋਡ ਆਇਆ ਸੀ। ਆਪਣਾ ਪਚੋਰੀ ਸਾਹਿਬ, ਕਿਹੜੇ ਸੰਨ 'ਚ ਕਿਹੜੀ ਚੇਸੀ ਨੂੰ ਕਿਹੜਾ ਕੋਡ ਆਇਆ? ਅਸਲ ਡੀਲਰ ਹੋਏ ਕਿਹੜੇ ਸੰਨ 'ਚ ਕਿਹੜਾ ETO ਐਕਸਾਈਜ਼ ਬੈਠਾ ਰਿਹਾ? ETO ਦੇ ਸਾਈਨ ਹੁੰਦੇ ਨੇ ਬਕਾਇਦਾ ਹਰ ਫਾਈਲ ਦੇ ਉੱਤੇ। ਆ ਵੇਖੋ ਤੇ ਪਿਓ, ਇਹ ਵੇਖੋ ਕਿਹੜੇ ਸੰਨ ਦੇ ਵਿੱਚ ਕਿਹੜਾ ETO ਇਨਵਾਈਸਾਂ 'ਤੇ ਸਾਈਨ ਕਰਦਾ ਰਿਹਾ। ਇਹ ਚੀਜ਼ਾਂ ਦਾ ਅਗਰ ਤੁਹਾਨੂੰ ਪਤਾ ਤਾਂ ਫਿਰ ਤਾਂ ਤੁਸੀਂ ਡੀਲਰ ਹੋ ਪੂਰੇ। ਅਗਰ ਤੁਹਾਨੂੰ ਇਹ ਨਹੀਂ ਨਾ ਪਤਾ ਇਹਨਾਂ ਚੀਜ਼ਾਂ ਦਾ, ਤਾਂ ਫਿਰ ਤੁਸੀਂ ਡੀਲਰ ਹੋ ਮਾੜੇ, ਠੀਕ ਹੈ। ਅਗਰ ਤੁਸੀਂ ਇਹ ਚੀਜ਼ਾਂ ਨੂੰ ਸਮਝਦੇ ਹੋ ਤਾਂ ਫਿਰ ਤੁਸੀਂ ਭਾਵੇਂ ਬਾਹਰੋਂ ਬਾਹਰ ਵੀ ਡੀਲਾਂ ਕਰੋ, ਡੋਗਰ ਮੋਟਰ 'ਤੇ ਆ ਕੇ ਤਾਂ ਭਾਵੇਂ ਜਿੱਥੇ ਮਰਜ਼ੀ ਕਰੋ, ਫਿਰ ਤਾਂ ਤੁਹਾਨੂੰ ਰੋਲਾ ਹੀ ਕੋਈ ਨਹੀਂ। ਅਤੇ ਜੇ ਤੁਹਾਨੂੰ ਇੰਨਾ ਪਤਾ ਨਹੀਂ ਨਾ ਹੈਗਾ ਕਿ ਕਿਹੜੇ ਸੰਨ 'ਚ ਕਿਹੜੀ ਚੇਸੀ ਆਈ ਸੀ ਅਤੇ ਕਿਹੜੇ ਸੰਨ 'ਚ ਕਿਹੜਾ ETO ਲੱਗਾ ਸੀ ਅਤੇ ਕਿਹੜੀ ਬੁੱਕ ਅਸਲ ਦੀ ਨਿਸ਼ਾਨੀ ਕੀ ਹੈ, ਇਸ ਬੁੱਕ ਦੀ ਅਸਲ ਨਿਸ਼ਾਨੀ ਕੀ ਹੈ, ਜੇ ਤੁਹਾਨੂੰ ਪਤਾ ਹੈ ਤਾਂ ਫਿਰ ਤੁਸੀਂ ਡਾਇਰੈਕਟ ਗੱਡੀਆਂ ਲਵੋ। ਇਹ ਇਨਵਾਈਸਾਂ ਦਾ ਤੁਹਾਨੂੰ ਜੇ ਪਤਾ ਹੈ, ਸੁਣ ਕੇ ਦੱਸ ਸਕਦੇ ਹੋ ਕਿ ਇਹ ਇਨਵਾਈਸਾਂ ਨੇ। ਅਗਰ ਤਾਂ ਤੁਸੀਂ ਸੁਣ ਕੇ ਦੱਸ ਸਕਦੇ, ਮੈਂ ਅੱਲਾ ਦੇ ਹੁਕਮ ਨਾਲ ਸੁਣ ਕੇ ਦੱਸਣਾ ਕਿ ਗੱਡੀ ਦੀਆਂ ਇਨਵਾਈਸਾਂ ਜੈਨੂਅਨ ਨੇ ਕਿ ਦੋ ਨੰਬਰ ਨੇ। ਅਗਰ ਤੁਹਾਡਾ ਇੰਨਾ ਤਜਰਬਾ ਹੈਗਾ ਕਿ ਤੁਸੀਂ ਸੁਣ ਕੇ ਦੱਸ ਸਕਦੇ ਹੋ ਕਿ ਇਹ ਇਨਵਾਈਸਾਂ ਜਾਲੀ ਨੇ ਕਿ ਆਪਣਾ ਇੱਕ ਨੰਬਰ ਨੇ, ਅਤੇ ਫਿਰ ਤੁਸੀਂ ਡਾਇਰੈਕਟ ਵੀ ਗੱਡੀਆਂ ਲਵੋ, ਤੁਹਾਨੂੰ ਕੋਈ ਰੋਲਾ ਨਹੀਂ। ਤੁਹਾਨੂੰ ਦੁਨੀਆ ਦੀ ਤਾਕਤ ਚੈਲੇਂਜ ਨਹੀਂ ਕਰ ਸਕਦੀ।
ਅਗਰ ਤੁਹਾਨੂੰ ਪਤਾ ਨਹੀਂ ਨਾ ਹੈਗਾ ਕਿ ਇਹ ਇਨਵਾਈਸਾਂ ਦੋ ਨੰਬਰ ਨੇ ਕਿ ਜੈਨਵਨ ਨੇ, ਇਹ ਬੁੱਕ ਦੋ ਨੰਬਰ ਇੱਕ ਜੈਨਵਨ ਨੇ, ਇਹ ਜਿਹੜੀ ਇਹ ਕਾਰਡ ਦੋ ਨੰਬਰ ਇੱਕ ਜੈਨਵਨ ਨੇ, ਅਤੇ ਫਿਰ ਤੁਸੀਂ ਡੀਲਰ ਨਹੀਂ ਹੈਗੇ। ਅੱਜ ਮੈਂ ਤੁਹਾਨੂੰ ਬੁੱਕ ਦੀ ਨਿਸ਼ਾਨੀ ਦੱਸਣਾ, ਇੱਧਰ ਆਓ ਜੀ, ਬੁੱਕ ਦੀ ਨਿਸ਼ਾਨੀ ਦੱਸਾਂ ਤੁਹਾਨੂੰ। ਇਹ ਜਿਹੜਾ ਕੋਮਾ ਹੈ ਨਾ, ਇਹ ਲਾਹੌਰ ਤੋਂ ਪਹਿਲੇ, ਇਹ ਵੇਖੋ ਇਹ ਕੋਮਾ, ਇਹ ਗੱਲਾਂ ਮੇਰੇ ਦੱਸਣ ਵਾਲੀਆਂ ਨਹੀਂ ਜਿਹੜੀਆਂ ਮੈਂ ਤੁਹਾਨੂੰ ਦੱਸਣਾ ਪਿਆ। ਇਹ ਕੋਮਾ, ਇਹ ਤੁਸੀਂ ਕਹੋਗੇ ਡੋਗਰ ਵੱਡਾ ਆ ਲੈ ਕੋਮੇ, ਕੋਮੇ ਦੀ ਕਿਹੜੀ ਗੱਲ, ਜਿਹੜਾ ਮਰਜ਼ੀ ਪਾਲ ਇੰਝ ਨਹੀਂ। ਇਹ ਕੋਮਾ ਇਹਨੂੰ ਇਹ ਆਮ ਚੀਜ਼ ਨਾ ਸਮਝੋ, ਇਹ ਜਾਣ ਐਕਸਾਈਜ਼ ਵਾਲਿਆਂ ਦੀ, ਅਸਲ ਬੁੱਕ ਦੀ ਇਹ ਨਿਸ਼ਾਨੀ ਹੈ। ਬੁੱਕ ਇੱਕ ਨੰਬਰ ਮਿਲ ਜਾਏਗੀ ਤੁਹਾਨੂੰ, ਲੇਕਿਨ ਇਹ ਜਿਹੜਾ ਉੱਤੇ ਲੱਗਾ ਪੇਪਰ ਹੈ ਨਾ, ਇਹ ਜਿਹੜਾ ਪੇਪਰ ਲੱਗਾ, ਇਹ ਤੁਹਾਨੂੰ ਇੱਕ ਨੰਬਰ ਨਹੀਂ ਮਿਲ ਸਕਦਾ ਦੁਬਾਰਾ। ਤੁਸੀਂ ਭਾਵੇਂ ਪੰਜਾਬ ਦੇ ਮਿਨਿਸਟਰ ਵੀ ਹੋ ਨਾ, ਤੁਸੀਂ ਇਹ ਬੁੱਕ ਦਾ ਪੇਪਰ ਨਹੀਂ ਲਿਆ ਸਕਦੇ ਦੁਬਾਰਾ। ਇਹ ਬੁੱਕ ਡੁਪਲੀਕੇਟ ਬਣੇਗੀ ਅਤੇ ਫਿਰ ਉਹਦਾ ਪੇਪਰ ਜੈਨੂਅਨ ਆ ਜਾਏਗਾ। ਜੇ ਤੁਸੀਂ ਕਹੋ ਨਾ ਮੈਂ ਦੋ ਨੰਬਰ ਬੁੱਕ ਬਣਵਾ ਕੇ ਦਿਆਂ ਪੇਪਰ ਲਵਾ ਲਵਾਂ ਉੱਤੇ, ਉਹ ਤੁਸੀਂ ਜੰਮ ਕੇ ਵੀ ਪੰਜ ਵਾਰੀ ਆ ਜਾਓ ਤਾਂ ਨਹੀਂ ਲਵਾ ਸਕਦੇ, ਇਹ ਜ਼ਿਹਨ 'ਚ ਰੱਖ ਲਓ। ਦੂਜੀ ਗੱਲ ਇਹ ਕਿ ਇਹਨਾਂ ਚੀਜ਼ਾਂ ਦਾ ਅਗਰ ਤੁਹਾਨੂੰ ਐਕਸਪੀਰੀਅੰਸ ਹੈਗਾ ਤਾਂ ਫਿਰ ਬੇਸ਼ੱਕ ਸਮਨਾਬਾਦ ਭਾਵੇਂ ਜਾ ਕੇ ਡਰੈਕਟ ਡੀਲਾਂ ਕਰੋ ਅਤੇ ਭਾਵੇਂ ਡੋਗਰ ਮੋਟਰ 'ਤੇ ਆ ਕੇ ਕਰੋ, ਫਿਰ ਤੁਸੀਂ ਮਾਰ ਨਹੀਂ ਖਾਂਦੇ। ਅਤੇ ਜੇ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਨਾ ਹੈਗਾ ਤਾਂ ਫਿਰ ਡੋਗਰ 'ਤੇ ਲੜ ਲੱਗ ਜਾਓ, ਜਾਂ ਸਮਨਾਬਾਦ ਦੇ ਕਿਸੇ ਡੀਲਰ 'ਤੇ ਲੜ ਲੱਗ ਜਾਓ, ਜਾਂ ਜੇ ਰੋਡ ਦੇ ਕਿਸੇ ਡੀਲਰ ਸਿਆਣੇ 'ਤੇ ਲੜ ਲੱਗ ਜਾਓ। ਹਰ ਡੀਲਰ ਸਿਆਣਾ ਵੀ ਨਹੀਂ ਜੀ ਹੈਗਾ, ਬਹੁਤ ਘੱਟ ਡੀਲਰ ਨੇ ਜਿਹੜੇ ਸਿਆਣੇ ਨੇ, ਇਸ ਚੀਜ਼ ਨੂੰ ਸਮਝਦੇ ਨੇ। ਹਰ ਚੰਗਾ ਸ਼ੋਰੂਮ ਬਣਾ ਕੇ ਬੈਠਾ ਸਿਆਣਾ ਨਹੀਂ ਜੀ ਹੈਗਾ। ਇਹ ਅਸੀਂ ਦੁਕਾਨਦਾਰੀ ਆਪਣੀ ਸਿਰਫ ਚਮਕਾ ਕੇ ਬੈਠੇ ਹਾਂ, ਵੀ ਆਈ ਪੀ ਦਫ਼ਤਰ ਬਣਾਉਂਦੇ ਹਾਂ, ਵੀ ਆਈ ਪੀ ਕੱਪੜੇ ਪਾਉਂਦੇ ਹਾਂ, ਵੀ ਆਈ ਪੀ ਘੜੀ ਲਾਉਂਦੇ ਹਾਂ, ਵੀ ਆਈ ਪੀ ਚਸ਼ਮਾ ਲਾਉਂਦੇ ਹਾਂ, ਅਤੇ ਆਉਣ ਵਾਲੇ ਬੰਦੇ ਨੂੰ ਡੀਲ ਹੀ ਪੂਰਾ ਕਰਨੇ ਹਾਂ, ਚਾਹ ਪਾਣੀ ਪੂਰਾ ਪਿਆਉਂਦੇ ਹਾਂ, ਉਹਨੂੰ ਛਿੱਲ ਮੁੱਛ ਕੇ ਅਤੇ ਉਹਨੂੰ ਤੋੜ ਦਿੰਦੇ ਹਾਂ, ਚੱਲ ਬਈ ਅੱਲਾ ਦੀ ਸਪੋਰਟ। ਇਹ ਸਾਨੂੰ ਬੜਾ ਪਤਾ, ਕੰਮ ਸਾਨੂੰ ਕੋਈ ਨਹੀਂ ਆਉਂਦਾ, ਲਿਹਾਜ਼ਾ ਸਾਡੇ ਨਾਲ ਅਗਰ ਕੰਮ ਕਰਨਾ, ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਡੀਲਰ ਦਾ ਪਤਾ ਲੱਗੇ ਵੀ ਕੀ ਡੀਲਰ ਸਿਆਣਾ ਕਿਹੜਾ, ਅਤੇ ਉਹਨੂੰ ਕਹੋ ਯਾਰ ਇਹ ਜਿਹੜੀ ਹੁੰਡਾ ਸਵੇਕੇ ਜਾਂ ਫਲਾਣੀ ਪਰਾਡੋ ਏ, ਫਲਾਣਾ ਮਾਡਲ 2005 ਮਾਡਲ ਦੇ ਵਿੱਚ ਜਿਹੜਾ ਚੇਸੀ ਦਾ ਨੰਬਰ ਕੀ ਆਇਆ ਸੀ, ਅਤੇ 2010 ਮਾਡਲ 'ਚ ਚੇਸੀ ਨੰਬਰ ਕੀ ਆਇਆ ਸੀ, ਅਗਰ ਤਾਂ ਤੁਹਾਨੂੰ ਡੀਲਰ ਦੇਵੇ 10 ਅਤੇ ਫਿਰ ਉਹਦੇ ਕੋਲ ਗੱਡੀ ਲੈ ਲਓ, ਅਗਰ ਤੁਹਾਨੂੰ ਨਾ ਦੱਸ ਸਕੇ ਤਾਂ ਫਿਰ ਉਹਨਾਂ ਕਹੋ ਤੈਨੂੰ ਸਾਡਾ ਸਲਾਮ ਹੀ, ਅਸੀਂ ਆ ਜਾਂਦੇ ਪਏ ਅੱਲਾ ਦੀ ਸਪੋਰਟ, ਸਲਾਮ ਅਲੈਕੁਮ। ਬਸ